ਬਿਸਮਿਲ੍ਲਾ ਰਹਿਮਾਨ ਰਹੀਮ। ਤਾਰਾ ਜੀ, ਅੱਜ ਅਸੀਂ ਆਪਣਾ ਸਕਾਈ ਐਨ ਦੇ ਤਹਿਤ ਅਤੇ ਰਾਹੇ ਇਨਸਾਨੀਅਤ ਦਾ ਮੁਸ਼ਤਰਕਾ ਜੁਆਇੰਟ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਕਿੰਨਵਾਂ ਸਕੂਲ ਹੈ ਜਿਹੜਾ ਅਸੀਂ ਇਫਤਾਹ ਕਰਨ ਆਏ ਹਾਂ? ਦਸਵਾਂ ਸਕੂਲ ਹੈ ਮਾਸ਼ਾਅੱਲਾ। ਕੱਲ੍ਹ ਅਸੀਂ ਕੀਤਾ ਨੌਵੇਂ ਸਕੂਲ ਦਾ ਕੀਤਾ ਸੀਗਾ ਔਰ ਅਸੀਂ ਉਹਨਾਂ ਜਿਹੜੇ 6 ਬੱਚੀਆਂ ਸੀ ਉਹਨਾਂ ਨੂੰ ਚੈੱਕ ਤਕਸੀਮ ਕੀਤੇ ਸੀਗੇ ਅਤੇ ਕੱਲ੍ਹ ਜ਼ੈਨਬ ਬੀਬੀ ਦਾ ਕੀਤਾ ਸੀਗਾ ਅਤੇ ਅੱਜ ਅਸੀਂ ਇਸ ਸਿਸਟਰ ਦਾ ਅਸੀਂ ਇੱਕ ਪ੍ਰੋਗਰਾਮ ਸਕੂਲ ਦਾ ਉਹ ਇਫਤਾਹ ਕਰਨਾ ਹੈ। ਬਲਕਿ ਸਕੂਲ ਤੋਂ ਸਭ ਤੋਂ ਪਹਿਲੇ ਅਸੀਂ ਜਿਹੜਾ ਨਾ ਸਟਾਰਟ ਕਰਵਾਇਆ ਸੀ ਔਰ ਅਸੀਂ 10ਵੇਂ ਨੰਬਰ 'ਤੇ ਲੈ ਕੇ ਆਏ ਹਾਂ। ਬਲਕਿ ਮੁਸ਼ਾਵਰਤ ਇਹਨਾਂ ਨੇ ਕੀਤੀ ਸੀ। ਹਾਂਜੀ ਹਾਂਜੀ, ਆਓ ਬਿਸਮਿਲ੍ਲਾ ਕਰਦੇ ਹਾਂ। ਇੱਕ ਮਿੰਟ ਬੇਟਾ, ਚੁੱਪ ਬੇਟਾ, ਖੁਸ਼ ਹੋ ਜੀ? ਤਾਰਾ ਜੀ, ਕਬ ਸੇ ਪੜ੍ਹ ਰਹੇ ਹੋ? ਕਿਤਨੇ ਦਿਨ ਹੋ ਗਏ ਆਪਕੋ? ਦੋ ਮਾਹ ਹੋ ਗਏ ਹੈ। ਹਾਂਜੀ, ਕਿਉਂਕਿ ਯੇ ਸਭਸੇ ਪਹਿਲੇ ਸਟਾਰਟ ਕਰਵਾਇਆ ਥਾ ਯੇ ਸਕੂਲ। ਹਾਂਜੀ, ਦੋ ਮਾਹ ਹੋ ਗਏ ਹੈ ਬੱਚੋਂ ਕੋ ਪੜ੍ਹਦੇ ਹੋਏ। ਕੈਸਾ ਲੱਗ ਰਿਹਾ ਹੈ? ਔਰ ਆਪਕੀ ਟੀਚਰ ਕੈਸੀ ਹੈ? ਬਹੁਤ ਅੱਛਾ ਪੜ੍ਹਾ ਰਹੀ ਹੈ। ਅੱਛਾ, ਯੇ ਮਾਰਚ ਕੀ ਅਟੈਂਡੈਂਸ ਹੈ? ਜੀ, ਮਾਰਚ ਕੀ ਅਟੈਂਡੈਂਸ ਹੈ? ਰੈਗੂਲਰ ਆ ਰਹੇ ਹਨ ਬੱਚੇ? ਜੀ, ਬੱਚੇ ਰੈਗੂਲਰ ਆ ਰਹੇ ਹਨ। ਬੈਠ ਜਾਓ। ਔਰ ਯੇ ਅਪ੍ਰੈਲ ਕੀ ਹੈ? ਯੇ ਅਪ੍ਰੈਲ ਕੀ? ਕੀ ਨਾਮ ਹੈ ਆਪਕਾ? ਮੇਰਾ ਨਾਮ ਉਸਵਾ। ਉਸਵਾ, ਤੋ ਉਸਵਾ ਬੇਟਾ, ਕੈਸਾ ਆਪਕੋ ਮਹਿਸੂਸ ਹੋ ਰਹਾ ਹੈ? ਬਹੁਤ ਅੱਛਾ ਫੀਲ ਹੋ ਰਹਾ ਹੈ ਕਿ ਹਮ ਆਪਣੀ ਜੋ ਸਟੱਡੀ ਕਰਤੇ ਹੈ ਵੋ ਆਪਣਾ ਨੌਲੇਜ ਆਗੇ ਕਨਵੇ ਕਰਤੇ ਹੈ। ਗੁੱਡ। ਔਰ ਇਨ ਬੱਚੋਂ ਕੇ ਵਾਲਦੈਨ ਵੋ ਕੈਸਾ ਮਹਿਸੂਸ ਕਰ ਰਹੇ ਹੈ? ਇਨ ਬੱਚੋਂ ਕੇ ਵਾਲਦੈਨ ਜੋ ਬਹੁਤ ਸੈਟਿਸਫਾਈ ਹੈ ਹਮਾਰੇ ਸੇ ਕਿ ਹਮ ਇਨਕੋ ਰੋਜ਼ ਤਾਲੀਮ ਦੇਤੇ ਹੈ, ਰੋਜ਼ ਬੱਚੇ ਆਤੇ ਹੈ ਔਰ ਇਨਕੋ ਪੜ੍ਹਾਤੇ ਹੈ। ਪਹਿਲੇ 10 ਬੱਚੇ ਆਤੇ ਥੇ, ਉਸਕੇ ਬਾਅਦ 20, ਫਿਰ ਜ਼ਿਆਦਾ ਸੇ ਜ਼ਿਆਦਾ ਵਾਲਦੈਨ ਨੇ ਆਪਣੇ ਬੱਚੇ ਭੇਜਣੇ ਸ਼ੁਰੂ ਕੀਤੇ। ਮਾਸ਼ਾਅੱਲਾ, ਲੋਕਾਂ ਦੀ ਦਿਲਚਸਪੀ ਪੈਦਾ ਹੋਈ। ਜੀ ਬਿਲਕੁਲ। ਜਿਹੜਾ ਸਕਾਈ ਐਮ ਦਾ ਅਤੇ ਰਾਹੇ ਇਨਸਾਨੀਅਤ ਦਾ ਇੱਕ ਮੁਸ਼ਤਰਕਾ ਪ੍ਰੋਗਰਾਮ ਆ, ਤੂੰ ਮੇਰੀ ਬੇਟੇ ਕੈਸਾ ਮਹਿਸੂਸ ਕਰਦੀਆਂ ਕਿ ਜਿਹੜੀਆਂ ਬੱਚੀਆਂ ਘਰ 'ਚ ਬੇਰੁਜ਼ਗਾਰ ਬੈਠੀਆਂ ਸਨ ਉਹਨਾਂ ਵਾਸਤੇ ਕੈਸਾ ਪ੍ਰੋਗਰਾਮ? ਬਹੁਤ ਅੱਛਾ ਪ੍ਰੋਗਰਾਮ ਆ ਕਿ ਜੋ ਬੱਚੀਆਂ ਅਗਰ ਆਪਣੇ ਬੈਠੀ ਹੋਈ ਥੀ ਬੇਰੁਜ਼ਗਾਰ, ਉਨਕੇ ਲਈ ਵੀ ਮੌਕੇ ਫਰਾਹਮ ਹੋਏ ਔਰ ਜਿਨਕੋ ਤਾਲੀਮ ਨਹੀਂ ਮਿਲਤੀ ਥੀ ਵੋ ਵੀ ਆਪਣੀ ਤਾਲੀਮ ਕੋ ਜਾਰੀ ਰੱਖ ਰਹੇ ਹੈ। ਜੀ ਬਿਲਕੁਲ। ਔਰ ਇਨਸ਼ਾਅੱਲਾ ਇਸੀ ਤਰ੍ਹਾਂ ਇਹ ਸਕੂਲ ਖੁੱਲ੍ਹਤੇ ਜਾਏਗਾ। ਜੀ ਬਿਲਕੁਲ, ਇਨਸ਼ਾਅੱਲਾ। ਜੋ ਵਾਲਦੈਨ ਆਪਣੇ ਬੱਚੋਂ ਕੋ ਪੜ੍ਹਾ ਨਹੀਂ ਸਕਤੇ ਥੇ, ਜਿਨਕੇ ਵਾਲਦ ਨਹੀਂ ਥੇ ਔਰ ਉਹਨੇ ਹਮਾਰੇ ਪਾਸ ਜੋ ਫੀਸ ਨਹੀਂ ਪੇ ਕਰ ਸਕਦੇ, ਉਨਕੇ ਲਈ ਕੁਛ ਆਸਾਨੀ ਹੋਈ ਨਾ? ਬਿਲਕੁਲ, ਬਹੁਤ ਜ਼ਿਆਦਾ ਆਸਾਨੀ ਹੋਈ। ਉਹਨੇ ਆਪਣੇ 4-4 ਬੱਚੇ ਭੇਜਣੇ ਸ਼ੁਰੂ ਕੀਤੇ ਮਾਸ਼ਾਅੱਲਾ। ਤਾਂ ਜੇ ਅਗਰ ਇਜਾਜ਼ਤ ਦੇ ਮੈਂ ਇਸ ਸਕੂਲ ਦਾ, ਹਾਂਜੀ, ਬਾਜ਼ਾਬਤਾ ਇਸ ਕਲਾਸ ਦਾ ਇਫਤਾਹ ਕਰਾਂ। ਬਿਸਮਿਲ੍ਲਾ ਰਹਿਮਾਨ ਰਹੀਮ। ਸ਼ੁਰੂ ਕਰਦੇ ਹਾਂ ਅੱਲਾਹ ਤਾਲਾ ਦੇ ਪਾਕ ਨਾਮ ਤੋਂ। ਬਿਸਮਿਲ੍ਲਾ ਰਹਿਮਾਨ ਰਹੀਮ। ਅਤੇ ਐਤਰਾ ਜੀ, ਪੱਕੇ ਤਰ੍ਹਾਂ ਬਚਪਨ 'ਚ ਅਸੀਂ ਪੜ੍ਹਦੇ ਆਏ ਹਾਂ ਅਲਫ ਅਨਾਰ ਬੇ ਬੱਕਰੀ ਪੇ ਪੰਖਾ, ਲੇਕਿਨ ਸਾਨੂੰ ਇਹ ਸਭ ਕੁਝ ਚੇਂਜ ਕਰਨਾ ਪਏਗਾ। ਹੁਣ ਅਸੀਂ ਲਿਖਾਂਗੇ ਅਲਫ ਅੱਲਾਹ। ਔਰ ਆ ਗਿਆ ਬੇ, ਸ਼ਾਬਾਸ਼, ਬੇ ਸੇ ਬਿਸਮਿਲ੍ਲਾ। ਆ ਗਿਆ ਤਾਂ ਪੇ, ਯਾ ਬਹੁਤ ਟੇਂਡ ਬੱਚੇ ਹੈ ਮਾਸ਼ਾਅੱਲਾ। ਅੱਛਾ, ਮੈਂ ਸਮਝਿਆ ਕਿ ਇਹਨਾਂ ਨੂੰ ਨਹੀਂ ਪਤਾ ਹੋਏਗਾ ਪੇ ਸੇ ਪੰਖਾ, ਹਾਂ ਪੇ ਸੇ ਔਰ ਵੀ ਚੀਜ਼, ਲੇਕਿਨ ਹਮ ਕਹਾਂਗੇ ਅਲਫ ਸੇ ਅੱਲਾ, ਬੇ ਸੇ ਬਿਸਮਿਲ੍ਲਾ ਔਰ ਪੇ ਸੇ ਹਮਾਰਾ ਪਿਆਰਾ ਪਾਕਿਸਤਾਨ। ਤੋ ਆਜ ਕੇ ਦਿਨ ਕੀ ਬਿਸਮਿਲ੍ਲਾ ਹੋ ਗਈ ਕਿ ਹਮ ਆਪਣੇ ਅੱਲਾਹ ਕੇ ਨਾਮ ਸੇ ਬਿਸਮਿਲ੍ਲਾ ਕਰਤੇ ਹੈ
اپنے پاکستان کے لیے ان شاء اللہ اپنا تن من دھن واریں گے، اپنے پاکستان کی آئندہ نسلوں کے لیے سنوارنے کے لیے اپنا پورا کردار ادا کریں گے، علم کی شمع روشن کرتے جائیں گے، جیسے بھی حالات ہوں زندگی کے آخری سانس تک ہم یہ کام کرتے جائیں گے، میں اور طاہرہ جی کرتے جائیں گے، طاہرہ میرے ساتھ ہے اور ہم مل کر یہ کام جو رفاہ عامہ کے ہیں، سماجی بہبود کے کام ہیں، لوگوں کی مستحق لوگوں کے لیے آسانیاں پیدا کرنے کا کام ہے، یہ اللہ کی جب تک مرضی ہوگی، جب تک میرے رب کی مرضی ہوگی ہم یہ کرتے جائیں گے۔ اس موقع تے طاہرہ جی اپنا اج تسی میں ہے بیٹی چیک دینا، ہاں جی کی نا بیٹا؟ اسوا ظفر۔ کتنی تعلیم تیری پتہ؟ بی ایڈ آنرز۔ ماشاءاللہ شاباش دیو جی، سب سے زیادہ جی ایدا بی ایڈ آنر دا 6 ماسٹر، ہاں جی 7000 روپے آزادی ہے پتر، پتر جی یہ لو سا بیٹا، یہ آپ کی پہلی کامیابی، تمہاری محنت کا یہ ثمر ہے، ٹھیک ہے؟ ہاں اسی طرح محنت کرتے رہو، انشاءاللہ بڑھتے رہو آگے۔ اس موقع تے میں ایک موقع نو گریم جاندا ہاں، جڑا کہ میں ہر ایک پوسٹ وچ ہر اپنی ویڈیو کلپ وچ گل کردا ہاں، گل کرن دا مقصد کی ہے کہ نہ تو میں کتے کوئی 3-piece سوٹ پا کے آنا وا، نہ میرے کو کپڑے جڑے بہت قیمتی ہوں دینا، نہ میری جتی کو قیمتی ہوں دیا، میرے اگر وال الجھے آ تو میرے کوئی پرواہ نہیں، میں ایک سادھو جہا بندہ وا، ملنگ جہا بندہ وا، لیکن اللہ پاک نے میرے کو شعور دیتا، میں اپنے رب کا شکر ادا کر رہا کہ اللہ پاک نے میرے شعور دیتا، پھر میری بیوی نے شعور دیتا، پھر میرے بچوں نے شعور دیتا، اور اج پوری فیملی اس میرے پیچھے اس بیک گراؤنڈ کے پیچھے کھڑی ہے اس پیج پہ کہ اسی زندگی کے آخری ساہ تک اس پاکستان دے وچ ایک مثال پیش کرنی ہے کہ اج بھی اگر تسی نیک نیتی نال کوئی کام کرو تو اللہ پاک بہت برکت دیندا، اور اسی ایک چھوٹا شعر سی میری زندگی ہے کہ نالے بلبل کے سنوں اور ہما تن گوش رہوں، ہم نوا میں کوئی گل ہوں کہ خاموش رہوں، اگیا کہ عجب نہیں کہ الٹ دیں ہم ہی بساتے سکوت، شمار کیجئے گا نا ہم کو بے نواؤں میں، سانوں ایڈا بے نوا نہ سمجھو، رب نے زبان دیتی ہے اکھاں دیتی ہیں دیکھنے واسطے۔ میں انہوں لوگوں نے ایک میسیج دینا چاہنا کہ ہر انسان نو یکساں طور تے رب نے دو اکھاں اور دماغ دیتا ہوا، لیکن کچھ لوگ جڑے اپنی زندگی جڑی بے فضول گزار جاندے نے اور مر کے اس جہان چھڑ جاندے نے۔ میں ایک چھوٹا پیغام دینا چاہنا کہ موت اٹل ہے، ہر ایک نے مرنا، لیکن جڑے رب نے زندگی دیتی ہے اس زندگی وچ اگر کسی کا بھلا ہو جائے، سیانے آکھیا جگ راضی تے رب راضی، ایویں نہیں کسی نے آکھیا کہ اگر اسی جگ دا پلا کر دیئے تو ہو سکتا سانو ویکھ کے کوئی ہور لوگ بھی اگے آن، ایسا خدمت دا جذبہ لے کے سامنے آئے، خود غرضی چھڑ دیو، بے حسی چھڑ دیو، سانو اللہ پاک نے نبی پاک دی امت چ پیدا کیتا، اور نبی پاک دی امت دا کی امت تے کی ہے، کی سبق دتا گیا کہ اگر تسی غریب دے یتیم دے مسکین دے سر تے ویسے ہی ہاتھ رکھ دیو، پیسے نہ دیو انہوں کوئی چیز نہ دیو، ویسے انہیں شفقت ہی کر دو نا، تو تم ہی اللہ پاک نو یہ گل بہت پسند آ، تو نبی پاک نے ایویں نہیں آخیا کہ روزے محشر وہ لوگ جڑے یتیماں نال پیار کرنگے روزے محشر میرے نال انج ہونگے جویں دو انگلیاں نے، تو اسی اللہ دا شکر ادا کردے ہاں، تو بیٹا جی تہاڈا وی شکریہ، ڈٹ کے محنت کرو میرا پتر میرا بیٹا، اور میں تارا جی نوں سلام پیش کردا ہاں کہ وہ دھپ ہوے چھاں ہوے دن ہوے رات ہوے بارش ہوے وہ میرے نال ڈٹی ہے اور کھڑی ہے، تو شکر الحمدللہ، زندہ باد رہو، اللہ حافظ بیٹا۔